ਲੱਗਦਾ ਉਧਰ ਜਾ ਕੇ ਸੰਤਰੇ ਦੇ ਸਿਰਾਣੇ ਖੜਾਓ ਕਿ ਲੱਗਾ ਹੁਣ ਕੀ ਹੈ ਹੈ ਕਲੀ ਸੀ ਤੋ ਡੋਡੀ ਬਣੀ ਕੱਚੀ ਜੀ ਇਹ ਰਾਸ ਮਹਾਰਾਜ ਜਿਸ ਦਿਨ ਲੱਗਾ ਉਧਰ ਤੋਂ ਵੇਖ ਔਰ ਕਿਦਨ ਤੱਕ ਵੇਖਦਾ ਰਹਿ ਵੈਰਾ ਵਈਆ ਨੇ ਪੱਕਣ ਤੱਕ ਰੋਜ਼ ਦਾ ਆਗਰ ਜਾ ਕੇ ਉਹਦੀ ਤਸਵੀਰ ਖਿੱਚ ਕੇ ਲਿਆ ਕਰ ਅਤੇ ਆਪਣੀ ਐਲਬਮ ਚਲਾ ਤੇ ਵੇਖ ਤੈਨੂੰ ਫਿਰ ਵੇਖੇਂਗਾ ਨਾ ਔਰ ਇਹ ਵੇਖ ਲਓ ਤੁਸੀਂ ਕੁਦਰਤ ਨੇ ਜਿਹੜੀਆਂ ਬਣਾਈਆਂ ਸ਼ੈਨੀਆਂ ਪਸੰਦ ਨਹੀਂ ਉਹ ਹੀ ਕੱਪੜੇ 'ਤੇ ਡਿਜ਼ਾਇਨ ਬਣਾ ਦਿੰਦੇ ਫਿਰ ਹੈਰਾਨ ਹੁੰਦੇ ਆ ਯਾਰਾ ਫੁੱਲ ਹਾਲਾਂਕਿ ਕੁਛ ਵੀ ਨਕਲ ਕੀਤੀ ਹੈਂ ਤਾਂ ਇਹੋ ਹੀ ਚੀਜ਼ਾਂ ਦੀਆਂ ਤਸਵੀਰਾਂ ਬਣਾ ਲਏ ਸੀਨਰੀਆਂ ਅਤੇ ਫਿਰ ਬੈਠਕ 'ਚ ਬਹਿ ਕੇ ਵੇਖੇ ਫਿਰ ਆਖਣਾ ਵਾਹ 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 ਹਾਲਾਂਕਿ ਸ਼ੈਨ ਰੋਜ਼ ਨਜ਼ਰ ਆਉਂਦੀ ਰਮਾ ਫਲੋਂ ਕੋ ਦੇਖ ਔਰ ਇਹਦਾ ਸਮਰ ਹੀ ਔਰ ਅਰਬੀ ਜਾਣ ਵਾਲਿਆਂ ਨੂੰ ਪਤਾ ਵੀ ਫਲ ਤਾਂ ਕਈ ਅੱਲਾਂ ਨੇ ਦੱਸਿਆ ਸੀ ਆਉਣਾ ਤਾਂ ਚਾਹੀਦਾ ਸੀ ਅੱਲਾ ਸਮਾ ਰਿਹਾ ਉਨਕੇ ਫਲੋਂ ਕੋ ਤਰਫ ਦੇਖ ਉਨਕੇ ਨਹੀਂ ਉਨਕੀ ਉਸਕੀ ਯਾਰੀ ਅੱਲਾ ਤਾਲਾ ਦਾ ਮਨਸਾ ਇਕੱਲਾ ਇਕੱਲਾ ਫਲ ਸਾਂਝੀ ਗੱਲ ਰੱਖਾਂ ਤਾਂ ਇੱਦਾਂ ਨਹੀਂ ਮਜ਼ਾ ਆਉਣਾ ਕੇਲੇ ਜੁਦੇ ਵੇਖ ਸੰਗਤਰੇ ਜੁਦੇ ਵੇਖ ਮਾਲਟੇ ਜੁਦੇ ਵੇਖ ਇਕੱਲੀ ਇਕੱਲੀ ਸ਼ਹਿ 'ਤੇ ਜਾ ਕਰ ਪੌਦੇ 'ਤੇ ਔਰ ਉਹਨੂੰ ਵੇਖ ਕੇ ਫਲ ਕਿੱਦਾਂ ਲੱਗਾ ਅਤੇ ਪੱਕਦਾ ਕਿੰਨਾ ਇੰਨਾ ਫੀਜ਼ਾ ਲਿਕਲਾ ਆਇਆ ਤਿਲ ਕੌਮੀ ਆ ਮੈਨੂੰ ਤੂੰ ਇੱਕ ਮੌਜਾ ਮੰਗਦਾ ਫਿਰਾਂ ਕਿ ਰਸੂਲਾ ਚੰਦ ਟੁਕੜੇ ਕਰ ਦੇ ਅਤੇ ਜਿਹੜਾ ਮੁਰਦਾ ਜ਼ਿੰਦਾ ਕਰ ਦੇ ਔਰ ਰੋਜ਼ਾਨਾ ਤੇਰੇ ਸਾਹਮਣੇ ਮੌਜੇ ਹੁੰਦੇ ਮਿੱਟੀ 'ਚੋਂ ਕਿਵੇਂ ਉਹ ਖੁਸ਼ਕ ਜਿਹੜੀ ਸੀ ਗਿਟਕ ਔਰ ਤੂੰ ਕਿੱਡੇ ਫਲਦਾਰ ਦਰਖਤ ਕਰਦੇ ਤੇ ਤੈਨੂੰ ਨਜ਼ਰ ਨਹੀਂ ਆਉਂਦੀ ਫਰਮਾਇਆ ਲੈ ਕੌਮੀ ਓ ਮੈਨੂੰ ਬੇਸ਼ੁਮਾਰ ਨਿਸ਼ਾਨੀਆਂ ਰੱਬ ਦੀਆਂ ਮਗਰ ਨਜ਼ਰ ਉਹਨਾਂ ਨੂੰ ਆਉਣੀਆਂ ਜਿਹਨਾਂ ਦਾ ਇਰਾਦਾ ਮੰਨਣ ਦਾ ਇੱਥੇ ਅੱਲਾ ਪਾਕ ਦੱਸਦਾ ਵੀ ਅਕਲ ਦਾ ਸਮਝ ਜਾਣਾ ਕਾਫੀ ਨਹੀਂ ਤੁਸੀਂ ਲਾਜਵਾਬ ਕਰ ਸਕਦੇ ਜੇ ਅਗਲੇ ਨੂੰ ਜਵਾਬ ਨਹੀਂ ਆਉਣਾ ਅਕਲ ਹਾਰ ਗਈ ਉਹਦੀ ਮਗਰ ਦਿਲ ਨਹੀਂ ਹਾਰਿਆ ਦਿਲ ਦਾ ਕੰਮ ਹੈ ਫਿਰ ਉਹ ਫੈਸਲਾ ਕਰੇ ਮੰਨਣਾ ਕਿ ਨਹੀਂ ਮੰਨਣਾ ਇਹ ਬਿਲਕੁਲ ਵੱਖਰੀ ਸ਼ਾਇ ਆ ਕਈ ਬੜੇ ਬੜੇ ਆਲਮ ਹੈ ਫਾਜ਼ਲ ਹੈ ਸਮਝ ਉਹਨਾਂ ਨੂੰ ਸਾਰੀ ਹੈ ਮੰਨਣਾ ਨਹੀਂ ਚਾਹੁੰਦਾ ਦਿਲ ਹਰਾਮੀ ਆ ਮੰਨ ਲਿਆ ਤਾਂ ਉਹਦੇ ਨੇਕੀਆਂ ਕਰਨੀਆਂ ਪੈਣੀਆਂ ਅੱਲਾ ਦਾ ਸ਼ੁਕਰ ਗੁਜ਼ਾਰ ਹੋਣਾ ਪੈਣਾ ਨਮਾਜ਼ਾਂ ਪੜ੍ਹਨੀਆਂ ਪੜ੍ਹਨੀਆਂ ਇਨਕਾਰ ਕਰੀ ਜਾਂਦੀ ਅੱਲਾ ਫਰਮਾਉਂਦਾ ਹੈ ਨਿਸ਼ਾਨੀਆਂ ਉਹਨਾਂ ਲੋਕਾਂ ਲਈ ਦਿਨਾਂ ਦਾ ਇਰਾਦਾ ਮੰਨਣ ਦਾ ਔਰ ਈਮਾਨ ਲਿਆਉਣਾ ਚਾਹੁੰਦੇ ਉਹਨਾਂ ਲਈ ਬੇਸ਼ੁਮਾਰ ਨਿਸ਼ਾਨਾਤ ਸੂਰਾ ਕਸਰ 'ਚੋਂ ਜੋ ਕੋਈ ਪੜ੍ਹਿਆ ਸੀ ਉਹਦਾ ਵੀ ਤਰਜਮਾ ਹੋ ਜਾਣਾ ਚਾਹੀਦਾ ਤਾਂ ਕਿ ਉਹ ਵਿੱਚੇ ਨਾ ਰਹਿ ਜਾਏ ਗੱਲ ਸੱਤ ਤਕਬੀਰਾਂ ਅਤੇ ਪੰਜ ਤਕਬੀਰਾਂ ਵੀ ਹੋ ਗਈਆਂ ਕਿ ਸੱਤ ਸਿਫਤਾਂ ਅੱਲਾ ਦੀਆਂ ਅੱਲਾਹ ਅਕਬਰ ਹਯਾਤਨ ਅੱਲਾਹ ਅਕਬਰ ਇਲਮਨ ਕੁਦਰਤਨ ਇਰਾਦਤਨ ਸਮਨ ਬਸਰਨ ਕਲਾਮਨ ਔਰ ਦੂਜੀ 'ਚ ਜ਼ਾਤਨ ਔਰ ਚਾਰ ਸਿਫਤਾਂ ਪਹਿਲੀਆਂ ਅਤੇ ਅੱਲਾਹ ਤਾਲਾ ਦੇ ਜਿਹੜਾ ਤਿੰਨ ਹੈ ਉਹ ਤਿੰਨ ਆਲਮ ਔਰ ਤਿੰਨ ਜਿਹੜੇ ਇਹ ਬੱਚਿਆਂ ਨੇ ਸਵਾਲ ਉਸ ਦਿਨ ਕੀਤਾ ਮੈਂ ਸਮਝ ਨਾ ਸਕਿਆ ਮੈਂ ਇਹ ਸਮਝਿਆ ਕਿ ਸਮਝਦੇ ਇਹਨਾਂ ਦੀ ਦਲੀਲ ਕੀ ਹੈ ਉਹ ਫਿਰ ਬਾਅਦ ਸ਼ਫੀਕ ਨੇ ਸਮਝਾਇਆ ਵੀ ਨਹੀਂ ਬੱਚੇ ਦਾ ਮਨਸਾ ਸੀ ਵੀ ਇਹਨਾਂ ਦੀ ਹਿਕਮਤ ਕੀ ਹੈ ਇਹ ਅਲੱਹਦਾ ਅਲੱਹਦਾ ਤਕਬੀਰਾਂ ਅੱਲਾ ਦੇ ਰਸੂਲ ਔਰ ਸਾਹਿਬਾਂ ਨੇ ਕਿਉਂ ਕਹੀਆਂ ਇਹਨਾਂ 'ਚ ਰਾਜ ਕੀ ਹੈ ਤਾਂ ਅੱਲਾ ਨੇ ਤੌਫੀਕ ਦਿੱਤੀ ਜੋ ਕੁਛ ਹੋ ਸਕਿਆ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ ਤਾਂ ਐਤ ਜਿਹੜੀ ਸੂਰਾ ਕਸਰ ਦੀ ਪੜ੍ਹੀ ਉੱਥੇ ਅੱਲਾ ਪਾਕ ਨੇ ਫਰਮਾਇਆ ਵਾਹੋ ਅੱਲਾਹ ਲਾ ਇਲਾਹਾ ਇੱਲਾ ਹੂ ਵਹੀ ਅੱਲਾ ਮੁਸ਼ਕਿਲ ਕੁਸ਼ਾ ਹੈ ਉਸਕੇ ਸਿਵਾ ਕੋਈ ਮੁਸ਼ਕਿਲ ਕੁਸ਼ਾ ਨਹੀਂ ਹੈ ਲਹੋ ਅਲਹਮਦ ਫਿਰ ਉਲਾ ਵਰ ਆਖਰਾ ਇਸ ਦੁਨੀਆਂ ਮੈਂ ਵੀ ਉਸਕੀ ਹਮਦ ਹੈ ਔਰ ਆਖਰਤ ਮੈਂ ਵੀ ਉਸੀ ਕੀ ਹਮਦ ਹੋ ਗਈ ਵਲਾਹੁ ਹੁਕਮ ਨਾ ਇੱਥੇ ਕਿਸੇ ਦਾ ਹੁਕਮ ਚੱਲਦਾ ਨਾ ਅੱਗੇ ਚੱਲਦਾ ਇਹ ਹੁਕਮ ਦਾ ਬਿੜਾ ਗਰਕ ਹੋਇਆ ਮੰਨਦੇ ਆ ਵੀ ਬਣਾਇਆ ਸਾਰਿਆਂ ਨੇ ਅੱਲਾ ਨੇ ਵਿੱਚ ਆਉਂਦੇ ਦੂਜਿਆਂ ਦਾ ਵੀ ਹੁਣ ਫੈਸਲਾ ਚੱਲਦਾ ਦੂਜੇ ਵੀ ਵਿੱਚ ਮਸ਼ਵਰੇ ਦਿੰਦੇ ਉਹਨਾਂ ਦੀ ਮਰਜ਼ੀ ਨਾਲ ਹੁੰਦਾ ਫਿਰ ਮੈਂ ਵਲਾਹੁ ਹੁਕਮ ਲਾਹੌਲ ਪਹਿਲਾਂ ਹੈ ਕਿ ਸਿਰਫ ਉਸੀ ਕਾ ਹੁਕਮ ਚੱਲਦਾ ਕਿਸੇ ਨਬੀ ਵਲੀ ਦਾ ਨਹੀਂ ਚੱਲਦਾ ਸਭ ਦੁਆਵਾਂ ਕਰਦੇ ਅੱਜ ਬੰਦੇ ਆ ਰੱਬ ਦੀ ਮਰਜ਼ੀ ਹੈ ਜਿਹਨੂੰ ਮੁਨਾਸਿਬ ਸਮਝਦਾ ਕਬੂਲ ਕਰਦਾ ਵਰਨਾ ਕਹਿ ਦਿੰਦਾ ਤੁਸੀਂ ਨਹੀਂ ਜਾਣਦੇ ਮੈਂ ਜਾਣਨਾ ਚੁੱਪ ਕਰ ਰਹੀ ਦਖਲ ਨਹੀਂ ਦੇ ਸਕਦੇ ਹੁਕਮ ਸਿਰਫ ਉਸੀ ਕਾ ਹੈ ਔਰ ਇਸ ਹੁਕਮ ਦਾ ਨਤੀਜਾ ਕੀ ਹੈ ਕਿ ਇੰਨਾ ਕੁਛ ਖਾਣ ਪੀਣ ਲਈ ਦਿੱਤਾ ਅਤੇ ਸਵਾਰੀਆਂ ਦਿੱਤੀਆਂ ਤਿਰ ਲਈ ਇਹਨੇ ਇਹਤਮਾਮ ਕੀਤੇ ਅਤੇ ਸਿਰਫ ਇਹ ਖਾ ਪੀ ਕੇ ਤੂੰ ਮਿੱਟੀ ਹੋ ਜਾ ਵਾਇਰ ਇਹ ਤੁਰ ਜਾਓ ਜਿਸ ਖੁਦਾ ਨੇ ਇੰਨਾ ਕੁਛ ਤੈਨੂੰ ਬਖਸ਼ਿਆ ਨਾ ਉਹਨੇ ਕੁਛ ਬੋਝ ਵੀ ਤਿਰਤੇ ਲੱਦਿਆ ਕਿ ਮੇਰਾ ਸ਼ੁਕਰ ਗੁਜ਼ਾਰ ਹੋ ਮੈਂ ਵੇਖੂੰਗਾ ਵੀ ਤੂੰ ਇੰਨੀਆਂ ਚੀਜ਼ਾਂ ਨੂੰ ਵਰਤ ਕੇ ਸ਼ੁਕਰ ਅਦਾ ਕੀਤਾ ਕਿ ਨਹੀਂ ਕੀਤਾ ਕੀਤਾ ਹੋਊਗਾ ਤਾਂ ਇਹਦੇ ਨਾਲ ਵੱਡੀ ਜੰਨਤ ਦੇ ਦੂੰਗਾ ਨਹੀਂ ਤਾਂ ਅੱਗੇ ਸਿੱਟ ਦੂੰਗਾ ਕਿ ਖਬੀਸ ਇੰਨੀਆਂ ਨਿਹਮਤਾਂ ਪਾ ਕੇ ਤੈਨੂੰ ਸ਼ੁਕਰ ਦੀ ਤੋਫੀਕ ਨਹੀਂ ਵਾਇਰ ਇਹ ਤੁਰ ਜਾਣ ਇੱਥੇ ਵੀ ਰਹੇ ਪਹਿਲਾਂ ਲਿਆਂਦਾ ਵੀ ਜਿਹੜੇ ਸਮੇਂ ਨਾ ਉੱਥੇ ਬਹੁਤ ਸਾਰੇ ਬੈਠੇ ਹੋਣੇ ਰੱਬ ਦੇ ਆਲੇ ਦੁਆਲੇ ਉਹਨਾਂ ਆਖੀ ਜਾਣਾ ਇਹਨੂੰ ਛੱਡ ਦੇ ਤੈਨੂੰ ਪਰ ਮੈਂ ਨਾ ਬਕਿਆ ਕਰੋ ਇਹੋ ਜਿਹੀਆਂ ਗੱਲਾਂ ਮਾਰੇ ਕੀ ਉਮਿਦ ਜੀ ਉਹ ਬੰਦੇ ਹੋਣੇ ਸਫਾਂ 'ਚ ਖੜੇ ਲਾ ਜਾਂ ਤਕਲਮੂਨ ਇਹ ਬੋਲ ਵੀ ਨਹੀਂ ਸਕਣੇ ਫਰਿਸ਼ਤੇ ਨਬੀ ਇਲਾ ਮਨਾ ਦੇ ਨਾਲ ਰਹਿਮਾਨ ਖੁਦ ਇਜਾਜ਼ਤ ਦੇਊਗਾ ਤਾਂ ਮੂੰਹ ਖੋਲਣਗੇ ਵਰਨਾ ਮਜ਼ਾ ਲਿਆ ਉੱਥੇ ਮਸ਼ਵਰੇ ਦਿੰਦੇ ਫਿਰਨ ਵਿਆਹ ਕਰਨਾ ਕਰ ਉਹ ਸਿਆਣਾ ਨਹੀਂ ਇਲਮ ਨਹੀਂ ਉਹਨੂੰ ਉਹ ਆਪ ਨਹੀਂ ਜਾਣਦਾ ਵੀ ਕਿਹਨੂੰ ਬਖਸ਼ਣਾ ਅਤੇ ਕਿਹਨੂੰ ਇਸ ਤੋਂ ਬੇਟੋ ਭਰਾਓ ਬੱਚੋ ਕਈ ਵਾਰੀ ਮੈਂ ਕਹਿ ਚੁੱਕਾ ਵੀ ਕੋਈ ਦੁਆ ਲਈ ਔਰ ਸਿਫਾਰਿਸ਼ ਲਈ ਇਹਨਾਂ ਕਿਆ ਕਰੋ ਕਿ ਆਹ ਕੀਤਾ ਅਤੇ ਅੱਲਾ ਨੂੰ ਕਰਨਾ ਇਹ ਕੁਫਰ ਇਹ ਕਹੋ ਕਿ ਅੱਲਾ ਨੇ ਕਰਨਾ ਚਾਹਿਆ ਤਾਂ ਮੇਰੇ ਕੋਲ ਦੁਆ ਕਰਾਈ ਇਹਨੂੰ ਪੱਲੇ ਬਣੋ ਤੋਹੀਦ ਨੂੰ ਕਾਫਰ ਹੋ ਕੇ ਨਾ ਮਰਿਓ ਕਿ ਅੱਲਾ ਨੇ ਸਾਡੇ ਕਹਿ ਚ ਇਤਨਾ ਇਰਾਦਾ ਬਦਲਿਆ ਅਤੇ ਅੱਲਾ ਨਾਲ ਅੰਡਰ ਪ੍ਰੈਸ਼ਰ ਹੋਇਆ ਫਿਰ ਉਹਨੂੰ ਪਤਾ ਪਹਿਲਾਂ ਪਤਾ ਹੀ ਕੋਈ ਨਹੀਂ ਅਸੀਂ ਸਲਾਹ ਦਿੱਤੀ ਤੇ ਗੱਲ ਅੱਲਾ ਕਾ ਕੋਈ ਇਰਾਦਾ ਮੁਸਜਦਾ ਨਹੀਂ ਹੈ ਇਲਮ ਦੀ ਬਾਤ ਕੋਈ ਨਵੀਂ ਗੱਲ ਨਹੀਂ ਉਹਨੂੰ ਸੋਚਦੀ ਸਭ ਕੁਛ ਪਹਿਲਾਂ ਤੋਂ ਜਾਣਦਾ ਇਹ ਕਹੋ ਕਿ ਪਹਿਲ ਉਹਦੀ ਤਰਫੋਂ ਹੁੰਦੀ ਬਿਮਾਰ ਨੂੰ ਸ਼ਿਫਾ ਬਖਸ਼ਣੀ ਇਹ ਕੀ ਕਹਿਣਾ ਵੀ ਡਾਕਟਰ ਨੇ ਦਵਾਈ ਦਿੱਤੀ ਤਾਂ ਆਰਾਮ ਹੈ ਇਹ ਕਹੋ ਅੱਲਾ ਉਹਨੂੰ ਆਰਾਮ ਦੇਣਾ ਚਾਹੁੰਦਾ ਸੀ ਤਾਂ ਡਾਕਟਰ ਨੂੰ ਸੁਝਾਅ ਦਿੱਤਾ ਕਿ ਇਹਨੂੰ ਦਵਾਈ ਦੇ ਦੇ ਜਿਹਨਾਂ ਨੂੰ ਨਹੀਂ ਸ਼ਿਫਾ ਦੇਣਾ ਚਾਹੁੰਦਾ ਨਹੀਂ ਦੇ
ایک تو سفارش لی اللہ کی اللہ وللہ الشفاعت و جمیع سفارش تو ساری اللہ کے اپنے ہاتھ میں تو اڈنی میں توکھا ہے سفارش کی ہے میں اوہدی عزت بناتی ہے میں انہوں کیا توں اوہدی سفارش کر رہے تو دی گل اوہدہ بھی کوئی بن گیا تو اڈیا بھی علو سے دا ہو گیا ورنہ کوئی منہ نہیں دبا سکتا نہ کوئی نمی مد دے سکتا بائلہ ترجعون تم صرف اسی کی عدالت میں پیش ہو گئے اوتھے کئی نہیں ہونے ایک ہی ہونا جیسے سامنے حاضری ہونی ہے اور وہ ایک ایک ذرے نو جاندا کوئی چھپیا نہیں ہونا عیسیٰ علیہ السلام نو جدو اللہ نے پوچھا گل کر تو انہوں نے آکھیا ہے منو تے میری ماں نو خدا مند توبہ توبہ اللہ میری مجال سی میں کفر دا کلمہ کر سکدا میں تے انہوں نے آندا رہا اللہ نو پوچھ دے رہا آپ ہی بک دے رہا تو جاننا جو میرے دل سے تو میں نہیں جاندا تو تیرے دل دعائی دے انہ کانتا اللہ ملغیوب سارے غیبہ نو جاننا رہا تو اسی نبی ولی کی جاننے توحید نو یار نقصان نہ پہنچایا کرو نبی ولی سارے ساڈے سراں دے تاج ہے ساڈے رہبر مگر انہوں نے سانو رب دا دروازہ وکھایا اے نہیں بھی رب دے تھاں آپ بہ گئے ہوں اے کم خراب ہے کہ رب دی لوڑ نہیں ہونا اے کم کر جھوٹ ہے رب تک لے گیا سانو کیا جو تہاڈا رب آو تہاڈی ملاقات کرائیے پہچان لو اینوں اس کو منگیا کرو کتے دور نہیں ادا سارا کا عبادی انی فینی قریب اللہ دے رسول آئے سانو آ کے سنیا دتا پھر رب دا پوچھتے دے دس میں نیڑے عجیب و دعوت دائے دادان جدو بھی دعا کرنے والا کوئی دعا کرا میں اسے بھی آنا بندیا میں حاضر منگلا جو کو منگ اللہ نو پرے سمجھنا کتے بہت گٹھے لا کے رکھنا کفر شاہ رکھ تو نیڑے بندیا نے دل دے راز نو جانتا یا لما نا لما توسوسو بے نفسو دل جڑے تیرے خیال آؤں سی وہ بھی جان اور کنوں حضرت نو جا کے دسن حضرت جی اللہ کے دعا کرو اور حضرت نو دسن تو پہلا دنیا کے بن تو پہلا اللہ جانتا تینوں آ کام بنا تینوں اس خدا سے اعتبار نہیں فتوکل اللہ حی الذی لا یموت او دے تے رہن دے کم جڑا ہمیشہ تو زندہ رہن نو کدی موت نہیں چھڑ دے دوجیاں نو او رہبر آ اپنی خدا دے نا خدائی انہاں دے ہتھ چ واخر دعوان الحمدللہ رب العالمین وصلی اللہ تعالی علی خیر خلق سیدنا محمد و علی صحابہ بسم اللہ بس نہیں لینا رہا الحمدللہ بسم اللہ الحمدللہ رب العالمین والصلاة والسلام على رسول الکریم سیدنا و نبینا محمد و آلہ و اصحاب اجمعین ساری مسجد سابقہ قاری صاحب اپنے محترم بھائی ہے عبداللہ صاحب رمضان شریف سی انہوں نے مینو کیا سی اس وقت پھر جمعہ بک سی نہ گل بنی اج بھی سویرے پھر مینو یاد دلا کے گئے انہوں دے اپنے جانن والوں چوں ستاں بچیاں دا باپ سی ایک دو دی شادی کر چکا ہن دی دوہاں دی کرنی ہے مکان بھی قاری صاحب دسے پنڈ کچے سی وہ بھی بارش نہ ٹہ گئے تے بات تسی میری سن لی ہے کہ بچیاں دا باپ ہے اور بچیاں نو عزت آبرو اپنے گھر بھیجنا چاہوں دا اللہ توفیق دے تے اپنی جیباں ہاتھ مارو اللہ دے رستے دے دیو اور بچیاں بالکل تہاڈی اپنیاں انہاں نو کوئی بیگانیاں نہ سمجھو رسول اللہ دی امت ہے ساڈے لئی قابل احترام ہے انہاں بیٹیاں دے اس شادی دے سامان دے حصہ ڈالو اللہ قبول فرماؤ گا بخل تو کام نہ لیا کرو اللہ دا دتا مال اللہ دے رستے دے دیا کرو اللہ خوش ہوں بالکل یہو جہ مسکین جڑے ان کی امداد نال اللہ دے رسول فرمایا جڑا کسے مومن دا دل خوش کردا میرا کردا اور میرا دل جڑا خوش کردا اللہ نو خوش کردا اس تو بڑی ساری بشارت اور انعام کی ہونا یہو جہ مسکیناں دی امداد چ بڑھ چڑھ کے حصہ لیا کرو کوتاہی نہ کریا کرو کم رب نے اپنی مرضی نہ کر دینے ہوں دے ساڈا ہاتھ بھی لگ جائے چلو اللہ تعالیٰ دے ہاں ساڈے لئی کوئی بخشی دا سامان ہو جائے اللہ توفیق دے تے اکٹھے کر کے قاری صاحب دے حوالے کرو اللہ مہربانی فرمائے بچیاں عزت نہ اپنے کران جان خیر و خوبی نہ معاملہ سر انجام پائے اے دوسرا تحریک اسلامی کا اجتماع پرسوں بروز اتوار مرخہ 21/2007 وقت 9 بجے شروع ہوگا احباب سے شرکت کے بیل 15 روزہ درس قرآن 21 تاریخ میں پرسوں اتوار دلا اللہم صلی علی سیدنا و نبینا محمد و علی وصحب بارک وسلم اللہم اغفر للمؤمنین والمؤمنات والمسلمین والمسلمات الاحیاء من والاموات اللہم انصر الاسلام والمسلمین واخذل الكفرة والمشرکین
ربنا افرغ علينا صبرا وثبت اقدامنا وانصرنا على القوم الكافرين ربنا لا تجعلنا فتنة للقوم الظالمين ونجنا برحمتك من القوم الكافرين إن الله يأمر بالعدل والإحسان وإيتاء ذي القربى وينهى عن الفحشاء والمنكر والبغي يعظكم لعلكم تذكرون عام اپیل تے علاوہ باقی بھی خاص طور تے ساتھی مل کر کے جایا کرو